ਤੁਹਾਨੂੰ ਪੇਪਰ ਅਪਰਚਰ ਬਣਾਉਣ ਲਈ 8 ਅਲੱਗ ਅਲੱਗ ਰੰਗਾਂ ਦੇ ਸਕੁਆਇਰ ਕਾਗਜ਼ ਚਾਹੀਦੇ ਹਨ। ਇੱਕ ਸਕੁਆਇਰ ਨੂੰ ਅੱਧ ਵਿੱਚੋਂ ਮੋੜੋ ਅਤੇ ਉਸ ਨੂੰ ਖੋਲ੍ਹ ਕੇ 2 ਟ੍ਰਾਇੰਗਲਸ ਸੈਂਟਰ ਲਾਈਨ ਤੱਕ ਬਣਾਓ। ਇਸ ਨੂੰ ਅੱਧ ਵਿੱਚੋਂ ਮੋੜੋ ਅਤੇ ਨੀਚਲੇ ਪਾਸੇ ਅਤੇ ਕੋਨੇ 'ਤੇ ਇੱਕ ਟ੍ਰਾਇੰਗਲ ਬਣਾਓ ਜਾਂ ਉਸ ਨੂੰ ਮੋੜੋ, ਉਸ ਨੂੰ ਖੋਲ੍ਹ ਲਵੋ। ਤੁਸੀਂ ਵੇਖੋਗੇ ਕਿ ਇੱਕ ਪਹਾੜ ਦੇ ਨਿਸ਼ਾਨ ਬਣੇ ਹੋਣਗੇ। ਉਸ ਦੀ ਕਰੀਜ਼ ਨੂੰ ਦਿਖਾਏ ਅਨੁਸਾਰ ਉੱਪਰ ਚੱਕੋ। ਇਸ ਨਾਲ ਇੱਕ ਪੈਰਲੇਲੋਗ੍ਰਾਮ ਮਿਲੇਗਾ। ਇਹ ਤਿਆਰ ਪਹਿਲਾ ਯੂਨਿਟ ਹੈ। ਅਜਿਹੇ 7 ਹੋਰ ਬਣਾਓ। ਹੁਣ ਤੁਸੀਂ ਹਰੀ ਚੁੰਜ ਨੂੰ ਸੰਤਰੀ ਚੁੰਜ ਵਿੱਚ ਪਾ ਦਿਓ ਅਤੇ ਦਿਖਾਏ ਅਨੁਸਾਰ ਇਸ ਦੇ ਕੋਨੇ ਮੋੜ ਦਿਓ। ਦੁਬਾਰਾ ਅਜਿਹਾ ਕਰੋ। ਇਸੇ ਤਰ੍ਹਾਂ ਅਜਿਹੇ 8 ਯੂਨਿਟਸ ਨੂੰ ਇਸੇ ਤਰ੍ਹਾਂ ਅਸੈਂਬਲ ਕਰ ਲਵੋ। ਜਦੋਂ ਤੁਸੀਂ 8ੋਂ ਯੂਨਿਟਸ ਨੂੰ ਜੋੜ ਲਵੋਗੇ ਤਾਂ ਇਹ ਇੱਕ ਓਕਟਗਨ ਲੱਗੇਗਾ। ਇਹ ਬਹੁਤ ਵਧੀਆ ਮਾਡਲ ਹੈ। ਤੁਸੀਂ ਇਸ ਨੂੰ ਦਬਾ ਕੇ ਜਾਂ ਖਿੱਚ ਕੇ ਹੋਰ ਸ਼ੇਪਸ ਬਣਾ ਸਕਦੇ ਹੋ ਅਤੇ ਇਸ ਦੇ ਅੰਦਰ ਵੱਲ ਤੱਕਦੇ ਹੋਏ ਤੁਸੀਂ ਪਿੰਨ ਬਲੇਡ ਬਣਾ ਸਕਦੇ ਹੋ। ਇਸ ਤਰ੍ਹਾਂ ਕਈ ਅਲੱਗ ਅਲੱਗ ਸ਼ੇਪਸ ਬਣਾਈਆਂ ਜਾ ਸਕਦੀਆਂ ਹਨ ਅਤੇ ਇਹ ਘੱਟ ਖਰਚੇ ਵਿੱਚ ਬਹੁਤ ਹੀ ਸੁੰਦਰ ਚੀਜ਼ ਤਿਆਰ ਹੁੰਦੀ ਹੈ।